ਗੱਡੀ ਗੱਡੀ ਸਟਾਰਟ ਨਹੀਂ ਹੁੰਦੀ ਆ ਓਹ ਐਦਾਂ ਪਿੰਦੇ ਤਾਂ ਡੇਲ ਚੱਲ ਜਵਾਨ ਕਰ ਹਾਂ ਠੀਕ ਹੈ ਮੈਂ ਪੂਰੀ ਓਕੇ ਬੜਾ ਔਖਾ ਲੱਗਦਾ ਹਾਏ ਹਾਏ ਯਾ 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 ਮਜਾ 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 ਹੀ ਭਈ शुरुआत हो गई दिन की शुरुआत कर दी है यार उठे लेट राती सुते लेट ही टाइम हो गया जी 11:30 सोडी भावी आ गया जी ਸ਼ੱਬੇਵੀਰ ਨੇ ਪਿਆਤੀ ਕਿਆ ਬਾਤ ਹੈ ਨਹੀਂ ਹੁਣ ਮੈਂ ਪਿਆਉਂਦਾ ਸ਼ੱਬੇਵੀਰ ਹੁਣ ਮੇਰੀ ਵਾਰੀ ਅੱਗੇ ਤੁਸੀਂ ਪਈ ਤੇ ਹੁਣ ਮੈਂ ਪਿਆਉਂਦਾ ਨਾਲ ਸੋਢੀ ਚਾਚੇ ਨੂੰ ਗਰਮ ਗਰਮ ਕਰਦੇ ਆ ਤੇ ਮਿੱਤਰੋ ਅੱਜ ਦਾ ਵਲੌਗ ਆਪਣਾ ਹੈਗਾ ਤੁਹਾਨੂੰ ਪਹਿਲਾਂ ਦੱਸ ਦਿੰਦਾ अपने थार दे अज व्हील आ गए आ व्हील भी नवें पद लगे हैं टायर भी नवा पद लगा थार दा टायर वह पाउन लगे आप जिहड़ा पूरे इंडिया दे विच मेरे हिसाब नाल हजे तक वो साइज नहीं आया वो साइज इंडिया दे विच टायर दा पहली बार आया 325 नंबर 325-335 ये जाके पता लगेगा वह 305 तक आता टायर अपने तो 325 नंबर आ मेरे हिसाब नाल पैरस नाल कन्फर्म करूँगा जाके उत्थे दुकान ते उस तों पहला आप चाह पानी पीए नहा धो के फिर निकलते हैं चाचा सोढ़ी भी आ गया वा ਤੇ ਸਾਰੇ ਇਕੱਠੇ ਚੱਲਦੇ ਆ ਕੀ ਗੱਲ ਆ ਕੀ ਗੱਲ ਆ ਮੁਲਾਜ਼ਮ ਆਏ ਯਾਰ ਧਿਆਨ ਨਾਲ ਕੋਈ ਚੀਜ਼ ਉਧਰ ਨਹੀਂ ਆਈ ਹੋ ਜੀ ਬਾਹਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇਸ ਤੱਕ ਪਹੁੰਚਾਤਾ ਤੇ ਜਿਹਨੇ 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 ਸਟੋਰੀ ਪਾਈ ਆ ਉਹਦਾ ਕੋਈ ਧੰਨਵਾਦ ਨਹੀਂ ਉਹਦਾ ਕੋਈ ਧੰਨਵਾਦ ਨਹੀਂ ਜਿਹਨੇ ਸਟੋਰੀ ਪਾਈ ਮੈਂ ਸੋਢੀ ਵੀਰ ਉਹ ਗੱਲ ਛੱਡੋ ਵੀਰ ਦੱਸੀ ਗੱਲ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹਨੇ ਸਟੋਰੀ ਪਾਈ ਉਹਦਾ ਕੋਈ ਧੰਨਵਾਦ ਨਹੀਂ धन्यवाद करदे धन्यवाद जिदा करना तां करदे नहीं ठीक है मेरा 50 की हो गया मेरा 100 की हो गया मेरा 200 की हो गया है मेरा 6 की हो गया मेरा 6 की हो गया मेरा 6 चाह पीनी कली चाह पीनी है मैं भी मित्रा चाह की जुड़ी निभा रहे हैं अज आप क्या बात है तुम कहोगे की पाया कादी रेसिपी है ਇਹ ਤਾਂ ਜਾਣ ਮੇਰੀ ਮੈਂ ਦੱਸ ਨਹੀਂ ਸਕਦਾ ਪਰ ਚਾਹ ਵਾਲੀਆਂ ਕੱਲ੍ਹ ਨੂੰ ਗੱਲਾਂ ਕਰਾ ਦੀਆਂ ਜੇ ਉਹ ਚਾਹ ਬਣਾ ਕੇ ਸੋਢੇ ਵੀ ਤੇ ਛੱਬੇ ਵੀ ਤੂੰ ਬਹਿਦੇ ਭਾਈ ਉਹਨਾਂ ਦੇ ਮੂੰਹ ਚੋਂ ਸੁਣ ਲਿਓ ਕੀ ਸਿਫਤ ਕਰਦੇ ਜਿਆ ਦੀ ਜੀ ਲਾਭੇ ਮਿੱਤਰਾ ਕਹਿੰਦੇ ਕੀ ਹੋ ਗਿਆ ਕਹਿੰਦੇ ਚਾਹ ਬੰਦੀ ਪਈ ਆ ਰਪੀਟ ਤੇ ਪਹਿਲਾਂ ਇੱਕ ਵਾਰ ਛੱਬੇ ਵੀਰ ਨੇ ਬਣਾ ਕੇ ਪਿਆਈ ਹੁਣ ਯਾਰ ਉਹਦੇ ਜੁੜੀ ਲੱਗੀ ਆ ਚਾਚੇ ਸੋਢੀਆਂ ਨੂੰ ਆਏ ਆ ਤੇ ਚਾਹ ਪਿਆਵਾਂਗੇ ਤੇ ਕੱਲ੍ਹ ਨੂੰ ਗੱਲਾਂ ਕਰਾਵਾਂਗੇ ਤੇ ਬਾਲਿਓ ਬਾਲੀ ਹੋਇਆ ਪਿਆ ਕੰਮ ਰੇਜ ਰੇਜ ਬੁਲ ਬੁਲ ਬਾਹਰ ਡੁੱਬਦੀ ਪਈ ਆ ਪਰ ਲਾਉਣੀ ਨਹੀਂ ਪੂਰੇ 5-7 ਬਾਲੇ ਦਵਾ ਕੇ ਫਿਰ ਲਾਵਾਂਗੇ ਤੇ ਫਿਰ ਕੱਲ ਨੂੰ ਗੱਲਾਂ ਕਰਾਵਾਂਗੇ ਕਿ ਕਹਿੰਦੇ ਪੇਜ ਜਮਾਂ ਨੋਰਮਲ ਨਹੀਂ ਹੈਗਾ ਮੇਰੇ ਵੀਰੇ ਉਹ ਜਮਾਂ ਨੋਰਮਲ ਨਹੀਂ ਹੈਗਾ ਤੇ ਕੱਲ ਨੂੰ ਗੱਲਾਂ ਕਰਾਵਾਂਗੇ ਚਾਹ ਪੀ ਕੇ ਨਹਾ ਧੋ ਕੇ ਤਿਆਰ ਹੋ ਕੇ ਬਾਹਰ ਜਾਵਾਂਗੇ ਤੇ ਬਾਹਰ ਜਾ ਕੇ ਕੁਝ ਖਾਵਾਂ ਪੀਵਾਂਗੇ ਤੇ ਫਿਰ ਥਾਰ ਨੂੰ ਵੀਲ ਪਵਾਵਾਂਗੇ ਨਵੇਂ ਵੀਲ ਤੇ ਟਾਇਰ ਆ ਚੁੱਕੇ ਮੇਰੇ ਵੀਰੇ ਉਹ ਕਿਆ ਬਾਤਾਂ ਹੋ ਜਾਣਗੀਆਂ ਟਾਇਰ ਵੀ ਉਹ ਆਇਆ ਜਿਹੜਾ ਪੂਰੇ ਪੰਜਾਬ 'ਚ ਨਹੀਂ ਹੈਗਾ ਗੁੱਟੀ ਤਾਂ ਨੂੰ ਮਿਲ ਜੂਗੀ ਪਰ ਉਹਨਾਂ ਚੌੜਾ ਟਾਇਰ ਨਿੱਕੇ ਗੱਡੀ ਤੋਂ ਪਿਆ ਹੋਊਗਾ ਕਿਆ ਬਾਤਾਂ ਕਰਾਂਗੇ ਕੱਲ ਨੂੰ ਗੱਲਾਂ ਕਰਾਵਾਂਗੇ ਵੀ ਰੱਖੀ ਜਾਂਦੇ ਜੀ ਕਹਿੰਦੇ ਨੇ ਬੜਾ ਬੋਲਣ ਡਿਆ ਸਵੇਰੇ ਸਵੇਰੀ ਬੋਲਣ ਤਾਂ ਡਿਆ ਹੋਵਾਂਗੇ ਅੱਜ ਮੈਂ ਖੁਸ਼ ਹਾਂ ਵੀ ਗੱਡੀ ਆਪਣੇ ਦੇ ਵੀਲ ਟਾਇਰ ਆ ਚੁੱਕੇ ਆ ਛੱਬੇ ਵੀਰ ਵਾਲੇ ਦੀ ਫੋਰਚੂਨਰ ਤੇ ਵੀ ਅੱਜ ਜੇ ਆ ਗਏ ਠੀਕ ਨਹੀਂ ਤੇ ਕੱਲ੍ਹ ਨੂੰ ਪਵਾ ਕੇ ਫਿਰ ਜਾਵਾਂਗੇ ਪਿੰਡ ਆਪਾਂ ਜਾਣਾ ਨਹੀਂ ਅੱਜ 2-3 ਦਿਨ 2 ਦਿਨ ਨਹੀਂ ਜਾਂਦੇ ਹਨਾ 2 ਦਿਨ ਦਾ ਆਪਾਂ ਨੂੰ ਇੱਥੇ ਕੰਮ ਹੈਗਾ ਕੰਮ ਇਹ ਆ ਕਿ ਇੱਕ ਅੱਜ ਆਪਣੀ ਥਾਰ ਨੂੰ ਵੀਲ ਪੈਣੇ ਆ ਇੱਕ ਥੋੜ੍ਹਾ ਬਹੁਤਾ ਕੰਮ ਜਿਹੜਾ ਅਡੀਨਾ ਵਗੈਰਾ ਟੁੱਟਾ ਸੀ ਉਹ ਆਪਾਂ ਲੈ ਕੇ ਜਾਵਾਂਗੇ ਛੱਬੇ ਵੀਰ ਵਾਲੀ ਗੱਡੀ ਦੇ ਵੀਲ ਛੰਦ ਕੱਲ੍ਹ ਨੂੰ ਹੁਣ ਉਹ ਪਵਾ ਕੇ ਤੇ ਫਿਰ ਜਾਵਾਂਗੇ ਪਿੰਡ ਨੂੰ ਆਹ ਬੱਲੇ ਬੱਲੇ ਕਹਿੰਦੇ ਕੌਣ ਆ ਗਿਆ ਕਹਿੰਦੇ ਚਾਚਾ ਸੋਢੀ ਆ ਗਿਆ ਕਿਆ ਬਾਤ ਹੈ ਹੁਣ ਰੰਗ ਕਾਲਾ ਉਹਦਾ ਭਰਾਵਾ ਇੱਧਰ ਆ ਜਾ ਰੰਗ ਚਿੱਟਾ ਕਰ ਦਿੰਦੇ ਆ ਆ ਗਈ ਬਾਲੇ ਕੀ ਤੇ ਸੱਤ ਬਾਲੇ ਵਾਲੀ ਜਾਏ ਸੱਤ ਬਾਲੇ ਵਾਲੀ ਸੱਤ ਭਾਜੀ ਵੇਹ ਨਹੀਂ ਗਈ ਨਾ ਯਾਰ ਕੀ ਆ ਹਾਏ ਹਾਏ ਸ਼ਰਮ ਆਉਂਦੀ ਇਹਨੂੰ ਸ਼ਰਮ ਆਉਂਦੀ ਹੈ ਇੱਧਰ ਰੰਗ ਕਿੰਨਾ ਲਾਲ ਹੋ ਗਿਆ ਤੇਰਾ ਭਲਾ ਜੇ ਤੇਰਾ ਨੋ ਫਿਲਟਰ ਗਾਇਸ ਐਸੇ ਹੀ ਰੰਗ ਬੰਦ ਹੋ ਗਈ ਪਰ ਬਾਲੇ ਪੂਰੇ ਹੋ ਗਏ ਆਪਣੇ ਚਾਹ ਨੂੰ ਪਾ ਲਾ ਗਿਆ
ਬਾਲੇ ਪੂਰੇ ਹੋ ਗਏ ਤੇ ਬੱਤੀ ਆਟੋਮੈਟਿਕ ਲਈ ਬੰਦ ਹੋ ਗਈ ਯਾਰ ਵੀ ਜਿਹੜਾ ਸੋੜੀ ਬਏ ਬਏ ਆ ਹੁੰਦਾ ਜੇ ਮਲਾਜ਼ਮ ਬੰਦੇ ਦਾ ਸਾਡਾ ਪਲੈਨ ਵਿੱਚ ਰਹਿ ਗਿਆ ਅਸੀਂ ਚੱਲੇ ਅਸੀਂ ਕੈਫੇ ਅਫਸਰਾਂ ਦਾ ਫੋਨ ਆ ਗਿਆ ਹੁਣ ਕਾਹਲੀਆਂ ਪੈਂਦੀਆਂ ਆ ਜਾ ਵੀ ਆ ਜਾ ਬੰਦੇ ਜਿਹੜਾ ਨੂੰ ਗਾਲਾਂ ਦਾ ਪੈ ਜਾਣਾ ਅੱਗੇ ਲੋਕੀ ਕਹਿੰਦੇ ਜੁੜੀ ਨਹੀਂ ਜਾਂਦਾ ਹੈਂ ਪਤਾ ਨਹੀਂ ਕੀ ਕਰੀਏ ਲੋਕਾਂ ਨਾਲ ਸੋਡੀ ਭਾ ਕਦੀ ਚੰਡੀਗੜ੍ਹ ਤੇ ਕਦੀ ਜਲੰਧਰ ਤੇ ਕਦੀ ਪਿੰਡ ਹੈਂ ਵੀ ਮਿੱਤਰਾ ਚਾਚਾ ਸੋਡੀ ਭੱਜਦਾ ਹੋਇਆ ਹੈ ਅਫਸਰਾਂ ਦੇ ਨਾਲ ਆਇਆ ਸੀ ਅਤੇ ਹੁਣ ਫੋਨ ਆ ਗਿਆ ਅਫਸਰਾਂ ਦਾ ਚੱਲੇ ਹੀ ਬਸ ਮਿੰਟੋ ਮਿੰਟੀ ਦੇ ਆ ਹੁੰਦਾ ਜੇ ਜਿਹੜਾ ਮੁਲਾਜ਼ਮ ਹੁੰਦਾ ਨਾ ਮੁਲਾਜ਼ਮ 24 ਘੰਟੇ ਦਾ ਪਹਿਰੇਦਾਰ ਹੁੰਦਾ ਡਿਊਟੀ ਦਾ ਇੱਕ ਹਿਸਾਬ ਦਾ ਜਦੋਂ ਆਪਾਂ ਭਰਤੀ ਹੁੰਦੇ ਹਾਂ ਉਹ ਆਪਣੇ ਕੋਲ ਲਿਖਾ ਲਿਆ ਜਾਂਦਾ ਕਿ ਤੁਹਾਨੂੰ ਡਿਊਟੀ ਜਦੋਂ ਮਰਜ਼ੀ ਬੁਲਾ ਸਕਦੇ ਹਾਂ ਉਹ ਵੱਖਰੀ ਗੱਲ ਹੈ ਕਿ ਆਪਾਂ ਜਿੱਦਾਂ ਕਈ ਬੰਦੇ ਲੱਗੇ ਹੁੰਦੇ 9 ਤੋਂ 5 ਡਿਊਟੀ ਕਰਦੇ ਆ ਕਈਆਂ ਦਾ ਸੰਤਰੀ ਪਹਿਰਾ ਹੁੰਦਾ ਰਾਤ 8 ਤੋਂ ਲੈ ਕੇ ਸਵੇਰੇ 8 ਵਜੇ ਤੱਕ ਤਰ੍ਹਾਂ ਤਰ੍ਹਾਂ ਦੀ ਡਿਊਟੀ ਹੁੰਦੀਆਂ ਏਅਰ ਪੁਲਿਸ ਦੇ ਵਿੱਚ ਨਾ ਜਿੱਦਾਂ ਮੈਂ ਡਿਊਟੀ ਕੀਤੀ ਬੜੇ ਤਰ੍ਹਾਂ ਦਾ ਮਤਲਬ ਕਿ ਡਿਊਟੀਆਂ ਕਰਦਾ ਬੰਦਾ ਹੈ ਨਾ ਕਿ ਜੇ ਲਾਇਆ ਸੀ ਤਾਂ ਮੇਰੇ ਸਾਹ 100 ਤਰ੍ਹਾਂ ਦੀ ਡਿਊਟੀ ਹੁੰਦੀ ਆ ਕੋਈ ਅਫਸਰਾਂ ਦੇ ਨਾਲ ਗਨਮੈਨ ਚੱਲਦਾ ਕੋਈ ਅਫਸਰਾਂ ਦੀ ਗਾੜੀ ਬੱਚਿਆਂ ਦੇ ਨਾਲ ਗਨਮੈਨ ਲੱਗੇ ਹੁੰਦੇ ਆ ਕੋਈ ਮਤਲਬ ਕਿ ਜਿੱਦਾਂ ਹੁਣ ਕਿਸੇ ਨੂੰ ਧਮਕੀ ਆ ਜਾਂਦੀ ਆ ਉੱਥੇ ਗਨਮੈਨ ਲੱਗੇ ਹੁੰਦੇ ਆ ਮਤਲਬ ਕਿ ਬੜੇ ਤਰ੍ਹਾਂ ਦੀਆਂ ਡਿਊਟੀਆਂ ਯਾਰ ਹੁਣ ਕਈ ਨਾਕੇ 'ਤੇ ਹੁੰਦੇ ਆ ਕਈ ਰਾਤ ਦੀ ਡਿਊਟੀ ਕਰਦੇ ਆ ਕਈ ਦਿਨ ਦੀ ਕਰਦੇ ਆ ਮੈਂ ਜਦ ਰਾਤ ਦੀ ਡਿਊਟੀ ਕਰਦਾ ਨਾ ਇਹ 2019 ਦੇ ਵਿੱਚ ਨਾ ਨਾਈਟ ਡਿਊਟੀ ਰਾਤ ਸੰਤਰੀ ਪਹਿਰਾ ਰਾਤ 8 ਵਜੇ ਤੋਂ ਲੈ ਕੇ ਸਵੇਰੇ ਤੜਕੇ 8 ਵਜੇ ਤੱਕ ਅਤੇ ਲਾਲੋ ਸਾਹਿਬ ਗਿਆ ਸੋਢੀ ਵੀਰ DSP ਸਾਹਿਬ ਦੇ ਨਾਲ ਲੱਗਾ ਹੁਣ ਉਹਨੂੰ ਫੋਨ ਆ ਗਿਆ ਸਾਹਿਬ ਉਹਨਾਂ ਦੇ ਨਾਲ ਆਇਆ ਸੀ ਉਹ ਲਾਲੋ ਸਾਹਿਬ ਅਤੇ ਹੁਣ ਉਹਨੂੰ ਫੋਨ ਆ ਗਿਆ ਉਹਨੂੰ ਜਾਣਾ ਪੈਣਾ ਮਿੰਟੋ ਮਿੰਟੀ ਉੱਦਾਂ ਸਾਡਾ ਇਰਾਦਾ ਸੀ ਕਿ ਪਹਿਲਾਂ ਕੈਫੇ ਚੱਲਦੇ ਉੱਥੋਂ ਖਾ ਪੀ ਕੇ ਅਤੇ ਫਿਰ ਸੋਢੀ ਵੀਰ ਚੱਲ ਜਾਣਾ ਬਾਕੀ ਆਪਾਂ ਚੱਲਦੇ ਹਾਂ ਉਹ ਲੱਗੀ ਆਪਣੀ ਰਾਣੀ ਨਿਕਲਦੇ ਹਾਂ ਆਪਾਂ ਤਿਆਰ ਤੁਰ ਕੇ ਤਿਆਰ ਹੋਣ ਨੂੰ ਜੀ ਨਹੀਂ ਕਰਦਾ ਗਰਮੀ ਬੜੀ ਯਾਰ ਅੱਜ ਇੱਦਾਂ ਚੱਲ ਜਾਣਾ ਯਾਰ ਵੀ ਮਿੱਤਰਾ ਹੋ ਗਈ ਯਾਰ ਹੁਣੀ ਤਿਆਰ ਚਲੀਏ ਫਿਰ ਸ਼ਬੇ ਭਾ ਸਜੀਆਂ ਡੀਕਣ ਡੀਆਂ ਆਪਣੀਆਂ ਕੋਈ ਤੈਨੂੰ ਉਠਾਉਣਾ ਪੈਣਾ ਨਿਸ਼ਾਨ ਸੁੱਤਾ ਭੰਜ ਲੈ ਕੇ ਆਪਾਂ ਕੋਈ ਖਾਈਏ ਪੀਏ ਪਹਿਲਾਂ ਕੈਫੇ ਚੱਲੀ ਜਾਣਾ ਚਾਬੀ ਕਿੱਥੇ ਗੱਡੀ ਦੀ ਚੱਲ ਵੀ ਸ਼ਬੇ ਭਾ ਕੱਪੜੇ ਮਾਰ ਲਏ ਮੈਂ ਕੱਛੇ ਨਾਲ ਹੀ ਜੇ ਸੂਤਰ ਆ ਗਿਆ ਉੱਥੋਂ ਪਰਾਂ ਦੀ ਬਾਹਰ ਜਿੰਮ ਹੋ ਜਾਂਦੀ ਕਿੱਦਾਂ ਭਾਜੀ ਇੱਧਰ ਆਪਣੇ ਕੋਲ ਫਿਰ ਚ ਆ ਜਾਣਾ ਕਿ ਨਹੀਂ ਆਏਗਾ ਅਤੇ ਦੂਜੀ ਰੈੱਡ ਬੋਲੀ ਤਾਂ ਬਹੁਤ ਜ਼ਿਆਦਾ ਗਲਤ ਗੱਲ ਆ ਇੰਨਾ ਤੂੰ ਲੈਵਲ ਹਾਈ ਕਰਕੇ ਅੱਜ ਆਪਣਾ ਬਹੁਤ ਧੰਨਵਾਦ ਤੁਹਾਡਾ ਮੈਂ ਗਾਂ ਤੈਨੂੰ ਗੱਲ ਹੀ ਦੱਸਿਆ ਕਰਨੀ ਗੁਰਾ ਤੂੰ ਗੱਲ ਹੀ ਬਣ ਕੇ ਪੈ ਗਿਆ ਹੈਂ ਇਹ ਨਾ ਇਹ ਗੱਲ ਸਮਝ ਨਹੀਂ ਸਕਦਾ ਜੇ ਸਮਝ ਲੱਗ ਗਈ ਤੇ ਬੰਦੇ ਪਾਣੀ ਪਾਣੀ ਹੋ ਜਾਣੇ ਅੱਧੇ ਹੋ ਜਾਂਦੇ ਹੈਂ ਬਹੁਤ ਬਹੁਤ ਧੰਨਵਾਦ ਕੀ ਬੜੀ ਗਲਤ ਗੱਲ ਆ ਇਹ ਹਵਾਲੇ ਤੇ ਕਈ ਲੋਕਾਂ ਦਾ ਚੱਲ ਵੀ ਰਾਣੀਏ ਅੱਜ ਤੈਨੂੰ ਵੀਲ ਪਏ ਨੇ ਆ ਜਾਓ ਲਿਆਓ ਅੱਜ ਵੀਲ ਪਾ ਦਾਂਗੇ ਜੇ ਆ ਗਏ ਹੋਏ ਨਾ ਦੂਜੀ ਦੇ ਆ ਗਏ ਥਾਰ ਦੇ ਬੜੀ ਗਲਤ ਗੱਲ ਹੈ ਬਹੁਤ ਜ਼ਿਆਦਾ ਗਲਤ ਗੱਲ ਹੈ ਉਹ ਕਰ ਲਿਆ ਥੱਲੇ ਪੈਰ ਰੱਖ ਲਈ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਚਲਾ ਚਲੀ ਇੰਨੀ ਗਰਮ ਗਰੀ ਕਰਨੀ ਗੱਡੀ ਆਪਾਂ ਚੱਲ ਵੀ ਮਿੱਤਰਾ ਚੱਲਦੇ ਹਾਂ ਭਾਂਜੇ ਨੂੰ ਚੱਕੀਏ ਪਹਿਲਾਂ ਭਾਂਜਾ ਬਹੁਤ ਵੇਟ ਕਰਨ ਡਿਆ ਬੜੀ ਬੇਸਬਰੀ ਨਾਲ ਵੇਟ ਕਰਨ ਡਿਆ ਉਹਨੇ 10 ਫੋਨ ਕਰਤੇ ਮੈਨੂੰ ਕਿ ਵੀਰ ਜੀ ਆ ਜਾਓ ਬਹੁਤ ਬਹੁਤ ਧੰਨਵਾਦ ਹੋਊ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊ ਤੁਹਾਡਾ ਕਹਿੰਦਾ ਅਤੇ ਜਾ ਕੇ ਇਹਨੂੰ ਚੱਕੀਏ ਹੁਣ ਨਹਾਉਣ ਲੱਗਾ ਮੈਂ ਫੋਨ ਕੀਤਾ ਮੈਂ ਕਿਹਾ ਗੱਡੀ 'ਚ ਬਹਿ ਕੇ ਇਹਨੂੰ ਸਟੀਕ ਭੇਜੀ ਆ ਮੈਂ ਕਿਹਾ ਮਿੱਤਰਾ ਨਹਾ ਤੋ ਅਸੀਂ ਤੇਰੇ ਕੋਲ ਪੂਰੇ 10 ਮਿੰਟਾਂ 'ਚ ਆ ਗਏ ਚਲੋ ਵੀ ਸੱਜਣੋ ਇਹ ਵੀ ਮਿੱਤਰਾ ਸੋਹਣੇ ਸੋਹਣੇ ਬਣ ਕੇ ਮੁੰਡੇ ਠੋਕ ਕੇ ਐਨਕੀ ਛੈਣ ਕੇ ਤੁਰ ਪਏ ਦਰਸ਼ਨ ਕਰੀਏ ਪਹਿਲਾਂ ਗੁਰੂ ਮਹਾਰਾਜ ਦੇ ਫਿਰ ਚੁੱਕਦੇ ਭਾਂਜੇ ਨੂੰ ਉਹਨਾਂ ਨਾਲੇ ਨਾਲੂ ਬਣਾ ਚਿਰ ਬਾ ਵੀ ਗੁਰੂ ਮਹਾਰਾਜ ਦੇ ਟੇਕਦੇ ਹਾਂ ਮੱਥਾ ਉਹ ਤੋਂ ਬਾਅਦ ਫਿਰ ਭਾਂਜੇ ਨੂੰ ਚੁੱਕਦੇ ਹਾਂ ਅਤੇ ਫਿਰ ਚੱਲਦੇ ਕਿਸੇ ਪਾਸੇ ਕੈਫੇ ਕੂਫੇ ਅਤੇ ਪੈਰਸ ਕੋਲ ਚੱਲਦੇ ਹਾਂ 2-3 ਕੁ ਚੱਲਦੇ ਪੈਰਸ ਦੇ ਕੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਹੋਊਗਾ ਤੁਹਾਨੂੰ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਮਿੱਤਰੋ ਪਹਿਲਾਂ ਭਾਂਜੇ ਨੂੰ ਚੱਕਣਾ ਪੈਣਾ ਭਾਂਜੇ ਨੂੰ ਫੋਨ ਆ ਗਿਆ ਤਾਂ ਕਹਿੰਦਾ ਕਿੱਥੇ ਤੇ ਮੈਂ ਹੀ ਗੁਰਦੁਆਰਾ ਸਾਹਿਬ ਜਾਣ ਡੇ ਕਹਿੰਦਾ ਮੈਂ ਤਿਆਰ ਹੋ ਕੇ ਬੈਠਾ ਹਾਂ ਅਤੇ ਪਹਿਲਾਂ ਮੈਨੂੰ ਲੈ ਜਾਓ ਅਤੇ ਕਹਿੰਦਾ ਮੈਂ ਵੀ ਨਾਲ ਗੁਰੂ ਮਹਾਰਾਜ ਦਰਸ਼ਨ ਮੈਨੇ ਕਰ ਲੂੰਗਾ ਸੋ ਪਹਿਲਾਂ ਆਪਾਂ ਭਾਂਜੇ ਨੂੰ ਚੱਕਦੇ ਹਾਂ ਅਤੇ ਫਿਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਵੀ ਮਿੱਤਰ ਪਹੁੰਚ ਗਈਆਂ ਹੀਰੋ ਹੋਮਸ ਚੱਲ ਵੀ ਭਾਂਜੇ ਆ ਜਾਓ ਥੱਲੇ ਚੱਲੀਏ ਫਿਰ ਲੇਟ ਨਾ ਕਰੋ ਮਿੱਤਰ ਭਾਂਜਾ ਆ ਗਿਆ ਜੀ ਅੱਜ ਇਹਨੇ ਫਿਰ ਉਹ ਟੀ ਸ਼ਰਟ ਪਾਈ ਜਿਸ ਟੀ ਸ਼ਰਟ ਦਾ ਸਾਨੂੰ ਬਹੁਤ ਜ਼ਿਆਦਾ ਲਾਮਾ ਆਉਣ ਡਿਆ ਕਿ ਵੀਰ ਜੀ ਇਹਦੀ ਟੀ ਸ਼ਰਟ ਚੇਂਜ ਕਰਾ ਦਿਓ ਇਹਦੀ ਕਿਸਮਤ ਹੀ ਮਾੜੀ ਹੈ ਆਪਾਂ ਨੂੰ ਮਿਲਿਆ ਅੱਜ ਫਿਰ ਉਸੇ ਟੀ ਸ਼ਰਟ ਦੇ ਵਿੱਚ ਆ ਹੈਂ ਬੱਲਾ ਬੱਲਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਅਸੀਂ ਤੁਹਾਨੂੰ ਲੈਣ ਆਏ ਨਹੀਂ ਨਹੀਂ ਅਸੀਂ ਗੁਰਦੁਆਰਾ ਸਾਹਿਬ ਚੱਲੇ ਪਹਿਲਾਂ ਮੈਂ ਤਿਆਰ ਹੋ ਕੇ ਬੈਠੇ ਰਹਿੰਦੀ ਇਹਨੂੰ ਜੇ ਤੂੰ ਨਾ ਫੋਨ ਕਰਦਾ ਤਾਂ ਫਿਰ ਅਸੀਂ ਪਹਿਲਾਂ ਗੁਰਦੁਆਰਾ ਸਾਹਿਬ ਚੱਲੇ ਸੀ ਫਿਰ ਤੈਨੂੰ ਆ ਕੇ ਚੱਕਣਾ ਜਦੋਂ ਕਲੱਬ ਜਾਣਾ ਸੀ ਸੌ ਕੇ ਤਾਂ ਜਾਣਾ ਸੌ ਸੁੱਤਾ ਜਾਣਾ ਲੱਤਾਂ ਪੀੜ ਹੋਣ ਡੀਆਂ ਸੀ ਨਲੀ ਵਗਣ ਡੀ ਸੀ ਹੈ
ਚਸਕਾ ਪੈਣ ਦੀਆਂ ਬੁਰੇ ਹਾਲ ਆ ਅੱਖਾਂ ਚੈੱਕ ਕਰੋ ਮੁੰਡੇ ਦੀਆਂ ਅੱਧੇ ਘੰਟੇ ਬਾਅਦ ਫਿਰ ਚੈੱਕ ਕਰਿਓ ਚੱਲ ਵੀ ਮਿੱਤਰਾ ਪਹੁੰਚ ਗਏ ਆਪਾਂ ਗੁਰੂ ਮਹਾਰਾਜ ਦੇ ਘਰ ਕਰੀਏ ਰੱਬ ਦੇ ਦਰਸ਼ਨ ਮੇਲੇ ਦੇ ਕਰੀਏ ਧੰਨਵਾਦ ਮੇਰੇ ਮਾਲਕਾ ਐਡੀ ਸੋਹਣੀ ਜ਼ਿੰਦਗੀ ਦੇਣ ਲਈ ਤੇਰਾ ਬਹੁਤ ਬਹੁਤ ਧੰਨਵਾਦ ਵੀ ਮਿੱਤਰਾ ਦਰਸ਼ਨ ਮੇਲੇ ਕਰ ਲਏ ਅਤੇ ਹੁਣ ਚੱਲੀਏ ਆਪਾਂ ਕੈਫੇ 'ਤੇ ਖਾਈਏ ਪੀਏ ਕਰੀਏ ਪੇਟ ਪੂਜਾ ਅਤੇ ਫਿਰ ਕਰਾਂਗੇ ਕੰਮ ਦੂਜਾ ਮਿੱਤਰੋ ਪੇਟ ਦੀ ਸੇਵਾ ਵੀ ਮਿੱਤਰਾ ਪਹੁੰਚ ਗਈ ਯਾਰ ਹੁਣੀ ਕੈਫੇ ਕਰੀਏ ਹੁਣ ਪੇਟ ਪੂਜਾ ਪਟੀਨ ਸ਼ੇਕ ਵੀ ਪੀਣਾ ਅਤੇ ਨਾਲ ਸੈਂਡਵਿਚ ਵੀ ਖਾਧਾ ਜਾਊਗਾ ਮੇਰੇ ਵੀਰੇ ਉਹ ਸੈਂਡਵਿਚ ਵੀ ਉਧਰੋਂ ਸੈਂਡ ਦੇ ਵਿੱਚ ਸੈਂਡ ਦੇ ਵਿੱਚ ਆ ਜਾਓ ਆਪਾਂ ਤਾਂ ਵਿੱਚ ਹੀ ਹੋ ਗਏ ਪਨੀਰ ਵਾਲੇ ਆਪਣਾ ਤਾਂ ਆਹ ਆ ਨਾਲ ਆਪਣਾ ਸ਼ੇਕ ਆ ਟ੍ਰਿਪਲ ਬਰ ਮੱਥਾ ਟੇਕ ਲਿਆ ਪਰ ਚਿਕਨ ਹੀ ਛੱਡਦਾ ਨਾ ਗੱਲ ਹੋਰ ਕੋਈ ਨਹੀਂ ਆ ਪੱਕਾ ਹੀ ਛੱਡਦਾ ਯਾਰ ਉਹਨਾਂ ਨੇ ਓਹੋ ਹੋ 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 ਏਦਾਂ ਪੀਂਦੇ ਤਾਂ ਡੇਲ ਕਿੱਦਾਂ ਪੀਂਦੇ ਤੁਸੀਂ ਓ ਨਾਈਸ ਪਤਾ ਲਗਾ ਦੀਏ ਉਹਨੇ ਆ ਗਏ ਇਹਨੂੰ ਕਹੀ ਲੈ ਬਈ ਕਹਿਣਾ ਬੜਾ ਸਵਾਦ ਆ ਉਹੀ ਉਹਨੇ ਕਹਿਣਾ ਆਹ ਬੜਾ ਸਵਾਦ ਆ ਲੈ ਬਈ ਮਿੱਤਰ ਬੁਰਾ ਇੰਨਾ ਮੂੰਹ ਲਾਲ ਇਹਨਾਂ ਦੇ ਉਹ ਵਧੀਆ ਇਹ ਡਾਈਟ ਖਾਧੀ ਦਾ ਕਮਾਲ ਕੀ ਵਧੀਆ ਹਣਾ ਤੇਰਾ ਲਾਮਾ ਆਉਂਦਾ ਸਾਲਿਆ ਕਮੀਜ਼ ਹੀ ਲਾਦਾ ਤੈਨੂੰ ਆ ਨਵੀਂ ਲੈ ਕੇ ਦਵਾ ਤੁਸੀਂ ਚੱਲ ਜਵਾਨ ਕਰ ਹਾਂ ਠੀਕ ਹੈ ਜੋਰਡਨ ਦੀ ਲੈਣੀ ਆ ਮੈਂ ਜੋਰਡਨ ਦੀ ਲੈਣੀ ਜੋਰਡਨ ਤੇ ਆਈ ਨਹੀਂ ਕੋਈ ਉੱਥੇ ਹੋਣੀ ਆ ਤੇ ਲੈ ਦੂ ਐਡੀ ਐਡੀ ਆ ਲੈ ਦੂ ਅਲਾਂਟੇ ਅਗਲੀ 17 ਹੋਣੀ ਚੱਲੀ ਜਲਾ ਐਡੀਡਾਸ ਆਫਰ ਹੈਗੀਆਂ ਹੁਣੇ ਆਫਰ ਹੀ ਆ 17 ਚੱਲੀ ਐਡੀਡਾਸ ਨਹੀਂ ਲੈਣੀ ਉਧਰ ਨਾ ਜਾ ਇੱਧਰ ਆ ਜਾ ਹੁਣੇ ਆਫਰ ਜੋਰਡਨ ਲੈਣੀ ਕਿੱਥੇ ਭਲਾ ਖੜਵੋ ਕੇ ਦਿਖਾ ਤੈਨੂੰ ਮੈਂ ਚੱਲੀ ਹੋਈਆਂ ਸਹੀ ਗੱਲ ਗੁਰਾ ਪੂਰੀ ਚਿਲਡੀ ਪਈ ਆ ਫਾਇਦਾ ਹੈਗਾ ਜੀ ਫ੍ਰਿਜ ਦਾਣਾ ਵੈਸੇ ਚੱਲ ਵੀ ਮਿੱਤਰਾ ਪੈਰਸ ਦਾ ਫੋਨ ਦੀ ਵੇਟ ਆ ਬਸ ਉਹਨੇ ਤੇਰੇ ਇੱਕ ਦੋ ਕੰਮ ਕਰ ਲਈਏ ਫਿਰ ਚੱਲਦੇ ਹਾਂ 17 ਵੀ ਜਾਣਾ ਯਾਰ ਕੰਮ ਕਰਨ ਵਾਲੇ ਬੜੇ ਆ ਕਿਹੜਾ ਕਿਹੜਾ ਕੰਮ ਕਰੀਏ ਸਮਝ ਨਹੀਂ ਆਉਂਦੀ ਲੁਧਿਆਣੇ ਜਾਣਾ 17 ਜਾਣਾ ਹੈ ਉੱਧਰ ਇੱਕ ਆਪਣਾ ਗੁਰਪ੍ਰਤਾਪ ਫੋਨ ਕਰੀ ਜਾਂਦਾ ਉਹ ਗਾਣੇ ਦਾ ਸ਼ੂਟ ਕਹਿੰਦਾ ਉੱਥੇ ਭਾਵੇਂ 10 ਮਿੰਟ ਹੋ ਕੇ ਜਾਓ ਉੱਥੇ ਵੀ ਹੋ ਕੇ ਆਉਣਾ ਆਪਾਂ ਕੰਮ ਬੜੇ ਆ ਆਪਣੇ ਕਰਨ ਵਾਲੇ ਆਪਾਂ ਸਾਰੇ ਲਮੇਟ ਦਿੰਦੇ ਦੋ ਤਿੰਨ ਦਿਨ ਆਪਾਂ ਇੱਥੇ ਹੀ ਹਾਂ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਤੁਸੀਂ ਹੁਣ ਇਹ ਜੋਗ ਕੀਤਾ ਕਿਹੜੇ ਜੋਗੀ ਇੱਕ ਸੈਂਡਵਿਚ ਖਾਧਾ ਨਾਲੇ ਪੀਸ ਖਾਧੇ ਕੱਪੜੇ ਲੈ ਇੱਥੇ ਘੁੰਮੀ ਜਾਂਦੇ ਚੱਲੀਏ 17 ਫਿਰ ਚੱਲਦੇ ਪੈਰਸ ਕੋਲ ਪੈਰਸ ਵੀ ਪੈ ਜਾਓ ਟੋਪੀਆਂ ਵੀ ਪਾਈ ਜਾਂਦਾ ਉਹਦਾ ਵੀ ਬਹੁਤ ਬਹੁਤ ਧੰਨਵਾਦ ਪੈਰਸ ਭਰਾਵਾ ਹੁਣ ਬਾਅਦ ਚੋਂ ਆਉਂਦੇ ਨਾ ਬਾਅਦ ਗੁੱਸਾ ਕਰਦੇ ਮੈਂ ਇਹਨੂੰ ਦੋ ਹਫ਼ਤੇ ਆ ਕੇ ਵੀਲਾਂ ਕਹੀ ਜਾਂਦਾ ਹੁਣ ਵੀਲ ਮੰਗਾਏ ਕਹਿੰਦਾ ਟਾਇਰ ਨਹੀਂ ਆਏ ਤੇ ਵੀਲ ਮੈਂ ਪੈਂਟ ਤੇ ਪਾਉਣੇ ਬੰਦਾ ਪਿੱਛੇ ਨੂੰ ਨਹੀਂ ਆਉਣਾ ਡੇ ਬੰਦੇ ਇੱਧਰ ਮੇਰੀ ਆਡੀਅੰਸ ਖਰਾਬ ਹੋਣ ਡੀ ਹੈ ਮੇਰੇ ਭਰਾ ਵੇਟ ਕਰੀ ਜਾਂਦੇ ਇਹਨੇ ਢਿੱਲਾਂ ਟੋਪੀਆਂ ਪਾਈ ਜਾਂਦਾ ਲੈ ਵੀ ਮਿੱਤਰਾ ਪੈਰਸ ਵਾਲਾ ਕੰਮ ਕੈਂਸਲ ਹੈ ਪੈਰਸ ਭਾ ਗਿਆ ਟੋਪੀ ਪੈਰਸ ਕਹਿੰਦਾ ਕਿ ਸਵੇਰੇ 2 ਵਜੇ ਤੁਹਾਡੇ ਵੀਲ ਆਉਣਗੇ ਥਾਰ ਦੇ ਕਹਿੰਦਾ 10 ਵਜੇ ਆ ਜਾਣਗੇ ਤੇ ਫੋਰਚੂਨਰ ਦੇ 2 ਵਜੇ ਆ ਜਾਣਗੇ ਤੇ ਆਪਾਂ ਇੱਦਾਂ ਕਰਦੇ ਹਾਂ ਆਪਾਂ ਚੱਲਦੇ ਸਲੂਨ ਟਚਿੰਗ ਮਸ਼ੀਨ ਕਰਾਉਂਦੇ ਮਾੜੀ ਮੋਟੀ ਉੱਥੋਂ ਚੱਲਦੇ ਹਾਂ ਗਾਣੇ ਦੇ ਸ਼ੂਟ ਤੇ ਬਾਅਦ ਚੋਂ ਭੁੱਲਰ ਦਾ ਆਇਆ ਫੋਨ ਉੱਥੇ ਬਣਾਉਂਦੇ ਜਾ ਕੇ ਮਾਹੌਲ ਚਾਲ ਤੇ ਬਾਕੀ ਮੇਰੇ ਪਹਿਲਾਂ ਸਲੂਨ ਪਹੁੰਚੀਏ ਸਾਨੀ ਨਾਲ ਮੈਂ ਕਰਦਾ ਫੋਨ ਸਾਡੀ ਟਚਿੰਗ ਮਸ਼ੀਨ ਕਰਾ ਕੇ ਦੇ ਗੱਲਾਂ ਗੁੱਲਾਂ ਧਾਗਾ ਤੋਂ ਗੱਲ ਬਾਈ ਸ਼ੂਟ ਤੇ ਜਾਣਾ ਬਾਅਦ ਚੋਂ ਛੱਪੇ ਵਾ ਕੀ ਗੱਲ ਆ ਨੀਗਾ ਤਰੀ ਨੀਗਾ ਤਰੀ ਐਵੇਂ ਸਭ ਬੜੇ ਜਾਣਗੇ ਲੈ ਬੀ ਮਿੱਤਰਾ ਪਹੁੰਚ ਗਿਆ ਹੇਅਰ ਮਾਸਟਰ ਵਾਲੀ ਮਾਰਕੀਟ ਦੇ ਵਿੱਚ ਕਾਹਨੂੰ ਗੱਲਾਂ ਕਰਾਵਾਂਗੇ ਹੈਂ ਟਚਿੰਗ ਮਚਿੰਗ ਕਰਾ ਕੇ ਆ ਵੇਖੀ ਮੈਂ ਭਾਏ ਕਿਆ ਬਾਤ ਹੈ ਗੱਡੀ ਗਾੜੀ ਲਾ ਦੀ ਜਾਣਾ ਬਾਬਾ ਧਿਆਨ ਰੱਖਦੇ ਗੱਡੀ ਦਾ ਫਿਰ ਵੀਰ ਨੀ ਮੈਨੂੰ ਤਾਂ ਡਰ ਵੀ ਲੱਗਦਾ ਲੀਕਾਂ ਨਾ ਕੋਈ ਮਾਰ ਜੇ ਲਾ ਦੀਏ ਭਾਈ ਵੇ ਆਉਂਦੀ ਹੈ ਆਉਂਦੀ ਹੈ ਚੜ੍ਹਨ ਚੱਲ ਸੁਣੀ ਨਵਾਂ ਫੋਨ ਬਹੁਤ ਬਹੁਤ ਧੰਨਵਾਦ ਮਿੱਤਰਾ ਸਨੀ ਆ ਗਿਆ ਲੈਣ ਇਹੋ ਤੇਰੀ ਗੱਲ ਵਧੀਆ ਲੱਗਦੀ ਐ ਸੱਚੀ ਦੇ ਪੈਸੇ ਲੈਂਦੇ ਆ ਇਹਨੂੰ ਲੈਣ ਭੇਜ ਦਿੰਦੇ ਆ ਯਾਰ ਢਿੱਲਾਂ ਨੂੰ ਲੈ ਕੇ ਕਾਬੂ ਕਰਕੇ ਹੈ ਫਿਰ ਇਹਨੂੰ VIP ਰੂਮ ਦੇ ਦਿੰਦੇ ਇੱਥੇ ਫਿਰ ਕਾਹਨੂੰ ਗੱਲਾਂ ਕਰਾ ਦਿੰਦੇ ਟਚਿੰਗ ਮਚਿੰਗ ਕਰਾ ਦੇ ਸਾਡੀ ਅੱਜ
ਗੱਲਾਂ ਗੁੱਲਾਂ ਦੇ ਬਾਅਦ ਮਸਾਜ ਕਰਾਵਾਂਗੇ ਸਿਰ ਦੀ ਮੁੰਡੇ ਸੋਹਣੇ ਸੋਹਣੇ ਬਣ ਗਏ ਆ ਪਰ ਫੇਸ ਤੇ ਗਲੋ ਨਹੀਂ ਆਉਂਦੀ ਐ ਪਾਸੇ ਗਲੋ ਨਹੀਂ ਪੈਂਦੀ ਸਣੀ ਕੀ ਗੱਲ ਆ ਐ ਪਾਸੇ ਆ ਮੈਂ ਇੱਧਰ ਬਣਦੀ ਗੱਲ ਹੋਰ ਉਸਤਾਦ ਜੀ ਠੀਕ ਠਾਕ ਜੇ ਐ ਕਿਆ ਬਾਤਾਂ ਹੀ ਆ ਪਈਆਂ ਹੈ ਚੱਲੀ ਛੱਬੇ ਪਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਣੀ ਤੁਸੀਂ ਸਾਨੂੰ ਸਾਡੀਆਂ ਕੱਟ ਲਾ ਕੇ ਦਿੱਤਾ ਸਾਨੂੰ ਕੈਮਰੇ ਅੱਗੇ ਆਉਣ ਦਾ ਮੌਕਾ ਬਖਸ਼ਿਆ ਸਾਨੂੰ ਵਲੋਗ ਬਣਾਉਣ ਦਾ ਮੌਕਾ ਬਖਸ਼ਿਆ ਤੁਸੀਂ ਇੰਨਾ ਪਿਆਰ ਸਤਿਕਾਰ ਦੇ ਰਹੇ ਜੇ ਬਹੁਤ ਬਹੁਤ ਧੰਨਵਾਦ ਤੁਹਾਡਾ ਹੈ ਤਹਿ ਦਿਲੋਂ ਧੰਨਵਾਦ ਤੁਹਾਡਾ ਚਲੀ ਯਾਰ ਜਿਮ ਲਾਈਏ ਜਾ ਕੇ ਜਿਮ ਨਹੀਂ ਮਿਸ ਕਰਨਾ ਪਰਸੋਂ ਸ਼ੁਰੂ ਕੀਤਾ ਕੱਲ੍ਹ ਅਸੀਂ ਰੈਸਟ ਮੱਚ ਗਏ ਫਿਰ ਮਿੱਤਰਾ ਸ਼ੋਪ 'ਤੇ ਵੀ ਆ ਜਾਣਗੇ ਬਹੁਤ ਬਹੁਤ ਧੰਨਵਾਦ ਕਰਾਂਗੇ ਆਪਾਂ ਪੈਰਸ ਦਾ ਫਿਰ ਲੈ ਵੀ ਮਿੱਤਰਾ ਛੱਬੇ ਵੀਰ ਦੀ ਗੱਡੀ ਦੇ ਵੀ ਪਹਿਲਾਂ ਵਿਖਾ ਦਿੰਦੇ ਹਾਂ ਇਹਦੇ ਨਾਲ ਦੇ ਪਾਉਣੇ ਸੀ ਇਹਦੇ ਨਾਲ ਦੇ ਟਾਇਰ ਪੂਰਾ ਚੌੜਾ ਫੁੱਲ ਸਹਿਜ ਚਲੀਏ ਹੁਣ ਲਾਈਏ ਜਿਮ ਜਿਮ ਲਾ ਕੇ ਫਿਰ ਅਸੀਂ ਇਹੋ ਜਿਹੀ ਜਗ੍ਹਾ 'ਤੇ ਜਾਣਾ ਨਾ ਵੀ ਮਿੱਤਰ ਕੱਲ ਦੀ ਆਪਾਂ ਮਾਰੀ ਰੈਸਟ ਕਿਉਂਕਿ ਕੱਲ੍ਹ ਐਤਵਾਰ ਸੀ ਪਰਸੋਂ ਆਪਾਂ ਲਾਇਆ ਸੀ ਸ਼ਨੀਵਾਰ ਅਤੇ ਛੱਬੀ ਵੀਰ ਦਾ ਜੀ ਨਾਲ ਹੀ ਲਾਉਣਾ ਵਾ ਡੱਬੇ ਚੁਕਾ ਦੇ ਪ੍ਰੋਟੀਨ ਦੇ ਅੱਜ ਛੱਬੀ ਵੀਰ ਦਾ ਪਹਿਲਾ ਦਿਨ ਜੀ ਕੰਮ ਮਿੱਤਰੋ ਖੱਲਿਓ ਖੱਲੀ ਹੋ ਜਾਣਾ ਜੀ ਖੱਲਿਓ ਖੱਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਚੱਲ ਵੀ ਮਿੱਤਰ ਜਿਮ ਕੋ ਜਾਏਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਡੀ ਦੇਣ ਵਾਸਤੇ ਅਸੀਂ ਚਲਾ ਰਹੇ ਹਾਂ ਇਹਨੂੰ ਬਹੁਤ ਮਜ਼ਾ ਆ ਰਿਹਾ ਵੀ ਮਿੱਤਰ ਪਹੁੰਚ ਕੇ ਯਾਰ ਹੁਣੀ ਜਿਮ ਭਾਵੇਂ ਅੱਧਾ ਘੰਟਾ ਲਾਈਏ ਲਾਉਣਾ ਜ਼ਰੂਰ ਆ ਲੱਗੂਗਾ ਤੇ ਜ਼ਰੂਰ ਆ ਅੱਜ ਤੇ ਛੱਬੇ ਵੀਰ ਨੂੰ ਵੀ ਨਾਲ ਲਾਉਣਾ ਬੜੀ ਰੌਣਕ ਆ ਬੱਲਾ ਬੱਲਾ ਹੀ ਪਈ ਆ ਜਿਮ ਦੇ ਵਿੱਚ ਤੇ ਛੱਬੇ ਵੀਰ ਗੱਡੀ ਲਾਉਣ ਥਾਂ ਨਹੀਂ ਲੱਭਣ ਡੀ ਹੈ ਥੱਲੇ ਕੀ ਬਣਦਾ ਹੋਊਗਾ ਕੁਰਬਲ ਕੁਰਬਲ ਹੋਈ ਹੋਣੀ ਥੱਲੇ ਤੇ ਚੱਲ ਫਿਰ ਕੱਪੜੇ ਚੇਂਜ ਕਰਨੇ ਆਪਾਂ ਨੂੰ ਟਾਈਮ ਲੱਗ ਜਾਣਾ ਟਾਈਮ ਹੋਰ ਆ ਗਿਆ ਮਤਲਬ 9:10 ਜਿਮ ਹੋ ਜਾਣਾ ਬੰਦ ਅਤੇ ਆਪਾਂ ਵੀ ਨਹੀਂ ਇੱਧਰੋਂ ਨਹੀਂ ਕੋਈ ਵੀ ਆਉਣੀ ਟੈਨਸ਼ਨ ਨਾ ਲਓ ਲੈ ਵੀ ਮਿੱਤਰਾ ਵਰਕਆਊਟ ਆਪਣਾ ਹੋਇਆ ਡਨ ਚਲੀਏ ਜੇ ਤਾਂ ਬੰਦਾ ਇਕੱਲਾ ਹੋਏ ਨਾ ਫਿਰ ਵਰਕਆਊਟ ਹੋਣਾ ਬਹੁਤ ਔਖਾ ਨਾਲ ਦਾ ਕੋਈ ਨਹੀਂ ਹੈਗਾ ਸੀ ਮੈਂ ਛੱਬੀ ਵੀਰ ਨੂੰ ਬਣਾਇਆ ਪਰ ਉਹ ਵੀ ਗੁਲਾ ਕੱਢ ਗਿਆ ਲੈ ਵੀ ਮਿੱਤਰਾ ਵਰਕਆਊਟ ਹੋ ਗਏ ਆਪਣਾ ਡਨ ਆਹ ਪੰਪਿੰਗ ਕਰ ਲੈਣੀ ਆਪਾਂ ਥੋੜ੍ਹਾ ਜਿਹਾ ਤੱਕ ਪੂਰੀ ਓਕੇ ਬੜਾ ਔਖਾ ਲੱਗਦਾ ਗੁਰੂ ਅੱਜ ਜਿੰਮ ਛੱਡ ਕੇ ਲਾਈਦਾ ਨਾ ਹੋਈ ਜਾਣ ਤੰਗ ਹੁੰਦੀ ਇਹ ਵੀ ਮਿੱਤਰਾ ਮੋਹਾਲੀ ਦੇ ਜਿੰਮ ਦਾ ਪਤਾ ਕੀ ਫਾਇਦਾ ਇੱਥੋਂ ਜਿੰਮ ਲਾ ਕੇ ਅੰਦਰੋਂ ਨਹਾ ਧੋ ਕੱਪੜੇ ਕੱਪੜੇ ਚੇਂਜ ਕਰਕੇ ਬਾਹਰ ਨਿਕਲ ਆਈਦਾ ਹੁਣ ਨਾਲ ਹੀ ਕੈਫੇ ਆ ਖਾ ਪੀਏ ਫਿਰ ਚੱਲਦੇ ਹਾਂ ਸ਼ੂਟ 'ਤੇ ਕਰਦੇ ਹਾਂ ਫਨ ਸ਼ਨ ਵੀ ਮਿੱਤਰ ਕਹਿੰਦੇ ਕਿੱਥੇ ਆ ਗਏ ਕਹਿੰਦੇ ਗੁਰਪ੍ਰਤਾਪ ਦੇ ਸ਼ੂਟ 'ਤੇ ਆ ਗਏ ਭਰਾ ਸਾਡਾ ਬਿਜੀ ਬੜਾ ਤੇਰਾ ਭਲਾ ਜੇ ਤੇਰਾ ਉਸਤਾਦ ਜੀ ਕੰਮ ਲਾ ਲਓ ਲਾਲ ਕਰਦਾ ਤੁਸੀਂ ਤੇ ਦੋ ਤਿੰਨ ਮਹਾਲੀ ਮੁਹੱਲੇ ਘੁੰਮੀਏ ਆਪਣੇ ਪਤਾ ਲੱਗੇ ਸਾਡੇ ਭਰਾ ਖੜਮ ਕਰਨ ਡੇ ਆ ਹਿੰਦਰਲਾਈ ਫਿਰਦੇ ਇਹ ਹਿਸਾਬ ਨਾਲੋ ਨਾਲ ਐਡਿਟ ਕਰ ਲੈਂਦੇ ਆ ਇਹ ਭਾਜੀ ਲਵਲੀ ਭਾਜੀ
ਨਹੀਂ ਆ ਸਾਰਾ ਸਿਸਟਮ ਇੱਥੇ ਨਾਲ ਦਾ ਕੰਮ ਚੱਲੀ ਜਾਂਦਾ ਇਹ ਐਡੀਟਿੰਗ ਪ੍ਰੋਕਸੀ ਲੱਗੀ ਹੈ ਬਾਹ ਉਹ ਤੱਤੇ ਬੜੇ ਵਰਨ ਦੇ ਇਹਦੇ ਦੱਸਦੇ ਨਹੀਂ ਗੇਲ ਜੀ ਦਾ ਲੇਜੈਂਡ ਬੰਦਿਆਂ ਦਾ ਗਾਣਾ ਆ ਇਲਜ਼ਾਮ ਲੱਗਣ ਡਿਆ ਕਹਿੰਦੇ ਢਲਣ ਗਰਮੀ ਕੀਤੀ ਇੱਥੇ ਆ ਕੇ ਬਹੁਤ ਜ਼ਿਆਦਾ ਗਲਤ ਗੱਲ ਹੈ ਲੜੀਆਂ ਇੰਨੀਆਂ ਲਾਈਆਂ ਤੇ ਇੱਕ ਬੱਤੀ ਬਾਲਣ ਤੋਂ ਗਰਮੀ ਕੀਤੀ ਪਾਊ ਬੜੀ ਗਲਤ ਗੱਲ ਗਰਮੀ ਤੇ ਕੀਤੀ ਆ ਬਹੁਤ ਗਲਤ ਗੱਲ ਹੈ ਬਾਈ ਇਧਰਲੇ ਪਾਸੇ ਬੜੀ ਚੰਦਨਾ ਆਉਂਦਾ ਗੁਰੂ ਆ ਕੰਮ ਉੱਕੇ ਰਿਪੋਰਟ ਹੋਇਆ ਪਿਆ ਇੱਧਰ ਆਏ ਬਲਰ ਜੇ ਆਉਂਦੇ ਆਪਾਂ ਕਿੱਥੇ ਆ ਗਏ ਆ ਕਹਿੰਦੇ ਸ਼ੂਟ ਤੇ ਆ ਗਏ ਆ ਤੇ ਕਾਹਨੂੰ ਗੱਲਾਂ ਕਰਾਈ ਜਾਂਦੇ ਕੀ ਆ ਬਾਈ ਥੱਕੇ ਥੱਕੇ ਲੱਗਣ ਡੇ ਜੀ ਕੀ ਆ ਆਪਣੇ ਸਿਮੀ ਚਾਲ ਜੀ ਫਿਲਮ ਆ ਰਹੀ ਕਹਿੰਦੇ ਇਹਨਾਂ ਦੀ ਕਿਆ ਬਾਤ ਹੈ ਦੋਵਾਂ ਹੀ ਸੁਣਿਆ ਪੈਣਿਆ ਤੁਹਾਨੂੰ ਦਾਦੇ ਦੀਆਂ ਵੀ ਤੇ ਪੋਤੇ ਦੀਆਂ ਵੀ ਇਹ ਬਾਈ ਨੇ ਫਿਲਮ ਲਿਖੀ ਆ ਹਾਂਜੀ 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 ਤੇ ਇੱਕ ਡਾਇਲੌਗ ਕੋਈ ਫਿਲਮ ਦਾ ਸੁਣਾ ਸਕਦੇ ਤੇ ਜ਼ਰੂਰ ਸੁਣਾ ਕੇ ਜਾਇਓ ਓ ਤੁਹਾਡੀ ਗੱਡੀ ਸਟਾਰਟ ਵੀ ਹੁੰਦੀ ਆ ਫੇਵਰਟ ਸਾਰਿਆਂ ਦਾ ਫੇਵਰਟ ਬਣਿਆ ਪਿਆ ਜਿਨ੍ਹਾਂ ਨੇ ਟ੍ਰੇਲਰ ਦੇਖਿਆ ਵਾ ਜਿਨ੍ਹਾਂ ਨਹੀਂ ਦੇਖਿਆ ਉਹ ਟ੍ਰੇਲਰ ਵੀ ਦੇਖੋ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ 14th ਜੁਲਾਈ ਫੈਮਿਲੀ ਮੂਵੀ ਸਾਰਿਆਂ ਨੂੰ ਲੈ ਕੇ ਜਾਣਾ ਦੇਖੋ ਦਾਦਾ ਦਾਦੀ ਜੀ ਨਾਨਾ ਨਾਨੀ ਜੀ ਨੂੰ ਤਾਂ ਪੱਕਾ ਹੀ ਲੈ ਕੇ ਜਾਣਾ ਬਟ ਨਿਆਣਿਆਂ ਨੂੰ ਵੀ ਸੋ ਹਿਸਾਬ ਲਾ ਲਓ ਵੀ ਸਾਰੀ ਫੈਮਿਲੀ ਨੂੰ ਲੈ ਕੇ ਜਾਣਾ ਬਸ ਡਿਮਾਂਡ ਆਈ ਆ ਸਾਰੇ ਜਾਣੇ ਚਾਹੀਦੇ ਆ ਹਾਂਜੀ ਠੀਕ ਹੈ ਬਿਲਕੁਲ ਜੀ ਬਿਲਕੁਲ ਮਿਲਦੇ ਆ ਫਿਰ 14 ਨੂੰ ਮਿੱਤਰਾ ਇੱਧਰ ਕੰਮ ਗਿੱਧਿਓ ਗਿੱਧੀ ਹੋਇਆ ਪਿਆ ਏ ਕਿਆ ਬਾਤ ਹੈ ਹਾਂ ਥੱਕ ਗਏ ਹਾਂ ਓਏ ਗੁੱਪਾ ਕਿੱਥੇ ਆ ਗੁੱਪਾ ਪੇਪਰ ਦੇਣ ਦਿਆ ਭਾਜੀ ਉਹ ਕਿਹੜੇ ਪੇਪਰ ਦੇ ਜਾਂਦਾ ਗੁਰੂਆ ਹੈ ਅਜੇ ਪੜੀ ਜਾਂਦਾ ਉਹ ਆਂਦਾ ਮੇਰਾ ਪਹਿਲਾ ਪੇਪਰ ਅੱਜ ਨਹੀਂ ਆਉਣਾ ਤੇਰਾ ਆਜੋ 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 ਚਲੋ ਵੀਰੇ ਡਾਂਸ ਕਰਾ ਦਈਏ ਤੁਹਾਡਾ ਵੀ ਤੇ ਡਾਂਸ ਕਰਾਉਣਾ ਨਹੀਂ ਨਹੀਂ ਆਪਾਂ ਐਸੇ ਕੰਮ 'ਚ ਸਹੀ ਆਜੋ ਡਾਂਸ ਕਰਨਾ ਨਾ ਨਾ ਕਰ ਲਓ ਮਾੜਾ ਮਾੜਾ ਨਾ ਨਾ ਉਹ ਫੜਿਆ ਗਿਆ ਜੀ ਹਾਏ ਚੱਲ ਹਾਂ ਕੱਟਣ ਦਾ ਤੁਹਾਡਾ ਕੋਈ ਸਲਾਹ ਦੇ ਮੈਨੂੰ ਅੱਜ ਦੱਸ ਦਿਨੇ ਆ ਫਿਰ ਐਦਾਂ ਬੰਦੇ ਮਿੱਤਰੋ ਰੀਲਾ ਜਿਹਨਾਂ ਦੇ ਤੁਸੀਂ ਹੱਸਦੇ ਖੇਡਦੇ ਰਹਿੰਦੇ ਜੇ ਨਾ ਵੇਲਾ ਕੁੜੀਆਂ ਗੋਲ ਗੱਪੇ ਦੀਆਂ ਸਕੀਨ ਹੁੰਦੀਆਂ ਤੇ ਵੇਲਾ ਬੰਦੇ ਕੁੱਟਣ ਆਈਆਂ ਸੀ ਉਹਨਾਂ ਨੇ ਗੋਲ ਗੱਪਿਆਂ ਲਾਲਚ ਦੇ ਕੇ ਬਾਹਰ ਨੂੰ ਘੱਲਤਾ ਸੀ ਵੇਲਾ ਹੈ ਸਕੀਮੀ ਬੰਦੇ ਦੋਵੇਂ ਸਕੀਮੀ ਨਿਕਲੇ ਬਚ ਗਏ ਬਚਾ ਗਿਆ ਇਹਨਾਂ ਦਾ ਹੈ ਇੱਦਾਂ ਬਣਦੀਆਂ ਰੀਲਾਂ ਖਾਣਾ ਪੀਣਾ ਮੈਨੂੰ ਦੋ ਛੁੱਟੀ ਆਪਾਂ ਚੱਲੇ ਤੁਸੀਂ ਉਹ ਖੱਜਲਾ ਹੀ ਲੋਗੇ ਲਿਖਤੀ ਛੁੱਟੀ ਦੇ ਲੈਣੀ ਆ ਤੇ ਲਿਖਤੀ ਲਿਖਤੀ ਤੂੰ ਲੈ ਇਹ ਆਪ ਹੀ ਲਿਖਤੀ ਲੈ ਕੇ ਆਇਆ ਤੂੰ ਸਾਡਾ ਭਰਾ ਢਿੱਲੋ ਪ੍ਰੀਤ ਢਿੱਲੋ ਪ੍ਰੀਤ ਸਾਡੇ ਸੈੱਟ ਤੇ ਪਹੁੰਚਿਆ ਆ ਸਾਨੂੰ ਹਮੇਸ਼ਾ ਹੀ ਪਹੁੰਚਦਾ ਆ ਅੱਜ ਕਿਤੇ ਸ਼ੂਟ ਹੋਵੇ ਭਰਾ ਨਾਲ ਖੜਦਾ ਆ ਬਹੁਤ ਧੰਨਵਾਦੀ ਆ ਬਹੁਤ ਵੀ ਅਨੀ ਅੱਜ ਤੇ ਨਜ਼ਾਰਾ ਆ ਗਿਆ ਗੁਰੂਆ ਜਿਹੜੀਆਂ ਮੈਂਟੀਆਂ ਜੀ ਭਾਇਆ ਨਾ ਤੂੰ ਮੈਨੂੰ ਪੁੱਤਰਾ ਬੱਸਾਂ ਹੀ ਅੱਜ ਭਾਇਆ ਇਹ ਬੱਸਾਂ ਹੀ ਨਾ ਮੈਂ ਆਉਣਾ ਸੀ ਇੱਕ ਫਿਲਮ ਦਾ ਸ਼ੂਟ ਸੀ ਜਿੱਤੇ ਅਸੀਂ ਫਿਲਮ ਦੇ ਤਿੰਨ ਗਾਣੇ ਕੀਤੇ ਨੇ ਤੁਸੀਂ ਮੈਨੂੰ ਅਕਸਰ ਵੇਖਦੇ ਹੋ ਕਹਿ ਦਿੰਦੇ ਯਾਰ ਵੀਰ ਤੈਨੂੰ ਢਿੱਲੋ ਦੇ ਵਲੌਗ 'ਚ ਵੇਖਿਆ ਅਤੇ ਇਹ ਹੁਣ ਇਹ ਫਿਲਮ ਦੇ ਅਸੀਂ ਤਿੰਨ ਗਾਣੇ ਕੀਤੇ ਆ ਛੇਤੀ ਇਸ ਭਰਾ ਨਾਲ ਅਸੀਂ ਇੱਕ ਫਿਲਮ ਵੀ ਕਰਾਂਗੇ ਛੇਤੀ ਜ਼ਿਆਦਾ ਟਾਈਮ ਤੁਸੀਂ ਸਰਪ੍ਰਾਈਜ਼ ਰਹਿ ਉਹਨਾਂ ਦਿਆ ਕਰੋ ਕੋਈ ਹੋਊਗਾ ਅਤੇ ਉਹ ਲਿਖਤੀ ਹੋ ਗਿਆ ਵਾ ਸਾਰਾ ਕੁਝ ਸਿਰਫ ਹੁਣ ਇਹਦੀ ਪੇਮੈਂਟ ਨਹੀਂ ਅਸੀਂ ਮਤਲਬ ਇਹਦੀ ਕਮਾਈ ਜਾਂਦੀ ਆ ਆਲਰੇਡੀ ਕਮਾਈ ਜਾਂਦੀ ਆ ਤੇ ਉਹਦੇ ਲਈ ਹੁਣ ਸਾਨੂੰ ਮਤਲਬ ਬਜਟ ਇੱਕ ਵੱਡਾ ਵੱਡਾ ਚਾਹੀਦਾ ਆ ਤੇ ਉਹ ਬਸ ਬਣਾਉਣਾ ਪੈਣਾ ਵੀਰ ਨੂੰ ਉਹੀ ਕਮਾ ਰਹੇ ਆ ਕਮਾ ਰਹੇ ਆ ਚੰਗਾ ਮੇਰੀ ਗੱਲ ਥੈਂਕ ਯੂ ਜੀ 14 ਜੁਲਾਈ ਨੂੰ ਪਹੁੰਚੇ ਹੋ ਕਦੇ ਤਾਂ ਚੰਗਾ ਡਾਰਲਿੰਗ ਓਕੇ ਭਾਈ ਕੋਪੇ ਨੇ ਮਿਸ ਕਰਨਾ ਮੈਂ ਦੱਸ ਦੇ ਇਹਨੂੰ ਗੋਪਾ ਭੁੱਲਰ ਪੱਟੀ ਗਿਆ ਉਹ ਹੈ ਪੱਟੀ ਗਿਆ ਉਹ ਤਾਂ ਨਾਲ ਤਾਂ ਮੇਰਾ ਬੇਟਾ ਸ਼ਬੇ ਭਾ ਚਲੀਏ ਥੈਂਕ ਯੂ ਜੀ ਹੈ ਚੰਗਾ ਹਰ ਓਕੇ ਜੀ ਮਿਲਦੇ ਹਾਂ ਇੱਥੇ ਸਰ ਹਾਂ ਇੱਥੇ ਹੀ ਆ ਜਦੋਂ ਚੱਲ ਆ ਜਾਓ ਫਿਰ ਮਿੱਤਰ ਮੁੰਡੇ ਆਉਂਦੇ ਹੀ ਵਾਪਸ ਛੂਟ ਤੋਂ ਭੁੱਖ ਲੱਗੀ ਆ ਸ਼ਬੇ ਭਾ ਆਰਡਰ ਮੈਂ ਕਰਤਾ ਹੀ ਚੂਰੀ ਦਾ ਤੇ ਨਾਲ ਤੇਰੀ ਕਰਤੀ ਆ ਮੈਂ ਕੀ 2 ਵਜੇ ਲੱਗੇ ਮਿੱਤਰੋ ਰਹਿਣ ਜਾਂਦੇ ਆਂਦੇ ਸਾਨੂੰ ਪੂਰੇ 2 ਵਜਣੇ ਆ ਚੂਰੀ ਨਹੀਂ ਕੀਤੀ ਆਰਡਰ ਮੈਗੀ ਛਬੇ ਵੀਰ ਦੀ ਮੈਗੀ ਆਰਡਰ ਕੀਤੀ ਆ ਤੁਹਾਡੀ ਬਹੁਤ ਬਹੁਤ ਮਿਹਰਬਾਨੀ
ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਨਵੇਂ ਤੋਂ ਨਵੇਂ ਡਾਇਲੋਗ ਲੱਭਦੇ ਸਾਨੂੰ ਗੁਰੂ, ਡਾਇਲੋਗ ਤੁਸੀਂ ਲਿਖੀ ਜਾਓ ਬਸ, ਕਾਹਨੂੰ ਗੱਲਾਂ ਆਈਆਂ ਲੈ ਵੀ ਮਿੱਤਰਾ, ਡਾਇਲੋਗ ਬੜੇ ਆਪਣੇ ਬਣ ਗਏ ਨਾ, ਕਾਹਨੂੰ ਗੱਲਾਂ ਆਈਆਂ ਲੈ ਵੀ ਮਿੱਤਰਾ, ਨੋਰਮਲ ਪੇਜ ਨੀ ਹੈਗਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਇੱਕ ਤਾਂ ਹੋਰ ਹੋਣਾ ਜੀ ਮੇਰੇ ਹਿਸਾਬ ਨਾਲ, ਪੰਜ ਛੇ ਮੈਨੂੰ ਇੱਕ ਦਿਨ ਇੱਕ ਵੀਰ ਨੇ ਨਾ ਮੈਂਸ਼ਨ ਕੀਤੇ ਸਾਰੇ ਲਿਖ ਕੇ, ਸਹੀ ਗੱਲ ਆ, ਧੰਨਵਾਦ ਕਰਨਾ ਕਿਹੜਾ ਮੈਗੀ ਵਾਲਾ ਭੇਜਣ ਵਾਲੇ ਦਾ, ਆਰਡਰ ਕਰਨ ਵਾਲੇ ਦਾ ਕਿ ਬਣਾ ਕੇ ਜਿਹਨਾਂ ਨੇ ਭੇਜੀ ਉਹਨਾਂ ਦਾ ਮੈਗੀ ਤਾਂ ਕਰੀ ਜਾਣਾ ਸਾਲਿਆਂ ਜਿਹਨੇ ਪੈਸੇ ਦਿੱਤੇ। ਮੈਂ ਉਹਨਾਂ ਨੂੰ ਪੁੱਛਣ ਡਿਆ ਨਾ ਕਿ ਕਰਨਾ ਕਿਹਦਾ ਵਾ, ਕਿ ਜਿਹਨੇ ਆਰਡਰ ਦਿੱਤਾ ਉਹਦਾ, ਜਿਹਨੇ ਕਿਉਂਕਿ ਮੈਂ ਕੈਸ਼ ਔਨ ਡਿਲੀਵਰੀ ਕੀਤੀ ਆ ਨਾ, ਪੈਸੇ ਆਪਣੇ ਦੋਵੇਂ ਚੁੱਕੇ ਦੋ, ਉਹ ਤੋਂ ਬਾਅਦ ਜਿਹਨੇ ਬਣਾਈ ਆ ਉੱਥੇ, ਫਿਰ ਜਿਹਨੇ ਪੈਕ ਕੀਤੀ ਆ, ਕੈਸ਼ ਮੈਨੂੰ ਕਰਨਾ ਪੈਣਾ। ਮਿੱਤਰ ਪਹੁੰਚ ਗਏ ਆ ਫਲੈਟ, ਉਹ ਅਗਲੇ ਪਾਸੇ ਥਾਂ ਹੈਗੀ ਲੱਗੀ ਬੜੀ ਨਹੀਂ, ਇੱਥੇ ਨੀ ਲਾਉਣੀ ਆਪਾਂ, ਅਗਲੇ ਪਾਸੇ ਵਿਹਲੇ ਥਾਂ ਤੇ ਲਾਓ, ਉਹ ਵਾਲੀ ਪਾਰਕਿੰਗ 'ਚ ਇੱਧਰ 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 ਖੱਬੇ 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 ਖੱਬੇ, ਸਾਰਾ ਥਾਂ ਹੀ ਮੰਗਣ ਪੈ ਗਿਆ ਛਪੇ ਭਾ, ਨਾ ਜੇ ਕਰਕੇ ਲਾ ਬਾਬਾ ਮਿਹਰਬਾਨੀ ਨੇ ਥਾਂ ਦੱਸਿਆ ਨੂੰ ਉੱਧਰ। ਇਹ ਵੀ ਗੱਲ ਪੁੱਛਣੀ ਕਹਿੰਦਾ ਇਹ ਚੱਕਰ ਕੀ ਹੈ, ਇਹ ਚੱਕਰ ਮਿੱਤਰ ਬਹੁਤ ਤਕੜਾ ਜੀ, ਮੇਰੇ ਕੱਪੜੇ ਤੇ ਕੱਚੇ ਮਾਰ ਕੇ ਖੜਨੇ ਪੈਣੇ, ਉਹ ਲਫਾਫਾ ਕੱਢਿਆ ਜਿਮ ਵਾਸਤੇ, ਆਪਣੇ ਦੂਜੇ 17 ਉੱਥੋਂ ਵਾਲੇ ਜਿੰਨੀ ਸ਼ੋਪਿੰਗ ਕੀਤੀ ਉਹ ਸ਼ਾਰਟ ਨੀ ਲਾਏ ਬਲੌਗ ਦੇ, ਲਾਲਾ ਸਾਹਿਬ ਤੁਰੇ ਫਿਰਦੇ ਰਹੇ ਆਉਂਦਾ ਹੀ ਆਰਮਾਨੀ ਵਾਲੀ ਟੀ ਸ਼ਰਟ ਕੋਈ ਨੀ, ਸਿਰ ਪਾ ਕੇ ਦੱਸਾਂ ਤਰਾ ਪਹੁੰਚ ਗਈ ਯਾਰ ਹੋਣੀ ਘਰੇ ਪੂਰੀ ਬਿਸਤਰਾ ਲੈ ਵੀ ਸਵੇਰੇ ਸਫਾਈ ਵੀ ਕਰ ਲਈ ਪੈਣੀ, ਖਲਾਰਾ ਇੱਦਾਂ ਹੀ ਪਾ ਗਏ ਅਸੀਂ, ਉਹ ਚੱਲ ਬਈ ਮਿੱਤਰ ਬਾਬਾ ਧੰਨਵਾਦ। ਕਹਿੰਦੇ ਤੂੰ ਪੈ ਕੁੰਡੀ ਮਾਰਾ ਬਾਹਰਲੀ, ਹਾਂਜੀ ਮੈਂ ਕੀ ਚੂਰੀ ਮਿਲਾਂ ਵੇਲਾ ਤੇਰੀ, ਮੈਂ ਫਿਰ ਮੰਗਾ ਦਿੱਤੀ, ਤੂੰ ਕਹਿੰਦਾ ਮੈਂ ਖਾਣੀ ਨਹੀਂ, ਮੈਂ ਫਿਰ ਮੰਗਾਈ ਆਪਣੇ ਭਰਾ ਦੀ, ਮੈਂ ਕਿਤੇ ਭੁੱਖਾ ਨਾ ਲਵੇ, ਮੈਗੀ ਕਿਤੇ ਕਿੰਨੀ ਖਾਈ ਹੋਣੀ, ਚੂਰੀ ਖਾਈਏ ਕਈ ਪਈ, ਤੂੰ ਚੂਰੀ ਕਿੱਥੋਂ ਆਉਂਦੀ ਆ, ਰਿਹਾਈ ਕਮੰਡ ਭੇਜਦੀ ਕੀ ਦੱਸੀਏ ਹੁਣ, ਚਲੋ ਖਾਓ ਕੋਈ ਨੀ ਫਿਰ ਕਰਦੇ ਗੱਲ, ਬਹੁਤ ਬਹੁਤ ਧੰਨਵਾਦ। ਇੱਕ ਹੱਥ ਨਾਲ ਖੋਲਣ ਵਾਸਤੇ, ਇੱਕ ਹੱਥ ਨਾਲ ਕੈਮਰਾ ਫੜਨ ਵਾਸਤੇ, ਓਏ ਹੋਏ ਹੋਏ ਬਾਕੀ ਆਪਾਂ ਗਾਣੇ ਦੇ ਸ਼ੂਟ ਤੋਂ ਵੀ ਹੋਏ, ਬਾਕੀ ਸਾਰੇ ਕੰਮ ਕਰ ਲਏ ਤੇ ਸਵੇਰੇ ਬਸ ਵੀਲਾਂ ਵਾਲਾ ਕੰਮ ਰਹਿ ਗਿਆ ਤੇ ਬਾਬਾ ਸੁੱਖ ਰੱਖੇ, ਸਵੇਰੇ ਦੋਵਾਂ ਗੱਡੀਆਂ ਦੇ ਵੀਲ ਪੈਲਸ ਨਾਲ ਡੀਲ ਹੋਈ ਸਾਡੀ, ਸਵੇਰੇ ਦੋਵਾਂ ਗੱਡੀਆਂ ਦੇ ਵੀਲ ਉਹ ਪਾ ਕੇ ਦਊਗਾ ਤੇ ਸਵੇਰੇ ਵੇਖੋ ਕਿੰਨੇ ਵਜੇ ਉੱਠਿਆ ਜਾਂਦਾ, ਕਿਉਂਕਿ ਤੁਹਾਡੇ ਸਾਹਮਣੇ ਹੁਣ 3 ਵਜੇ ਲੱਗੇ ਆ ਤੇ ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ। ਤੇ ਸੋ ਜਿਹੜੇ ਭਰਾ ਆਪਣੇ ਚੈਨਲ 'ਤੇ ਨਵੇਂ ਆਏ ਆ, ਆਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਆ ਜਾਓ ਵੈਲਕਮ ਹੈ ਸਾਰਿਆਂ ਦਾ, ਅਤੇ ਘੈਂਟ ਜਿਹਾ ਕਮੈਂਟ ਅਤੇ ਵਲੋਗ ਵੇਂਦੇ ਵੇਂਦੇ ਲਾਈਕ ਕਰਦੇ ਕਰੋ। ਇੱਕ ਅੱਜ ਬਾਈ ਬੜੀ ਸੋਹਣੀ ਗੱਲ ਲੱਗੀ, ਬਾਈ ਇੱਕ ਦਾ ਕਮੈਂਟ ਆਇਆ ਕਹਿੰਦਾ ਕਿ ਬਾਈ ਮੈਂ LED ਲੈ ਕੇ ਆਇਆ ਤੇਰੇ ਵਲੋਗ ਵੇਖਣ ਲਈ, ਕਹਿੰਦਾ LED ਦੇ ਵੇਖਣ ਦਾ ਸਵਾਦ ਹੀ ਵੱਖਰਾ ਆਉਂਦਾ, ਤਕੜੇ ਹੋ ਗਏ ਵੇਖਿਆ ਕਰੋ ਆਪਾਂ ਤਕੜੇ ਹੋ ਕੇ ਬਣਾਈ ਜਾਂਦੇ ਹਾਂ, ਅਤੇ ਰੋਜ਼ ਤੁਹਾਡੇ ਸਾਹਮਣੇ ਕੋਈ ਨਾ ਕੋਈ ਨਵੀਂ ਚੀਜ਼ ਲੈ ਕੇ ਹੀ ਆਈਦੀ ਆ। ਅਤੇ ਬਾਕੀ ਕਰਦੇ ਗੱਲਾਂ ਬਾਤਾਂ ਕੱਲ੍ਹ, ਨੀਂਦ ਬੜੀ ਆਉਣ ਡਈ, ਗੱਲਾਂ ਬਾਤਾਂ ਬੜੀਆਂ ਕਰਨ ਵਾਲੀਆਂ, ਕੱਲ੍ਹ ਵਾਲੇ ਵਲੋਗ ਦੇ ਮੈਂ ਕਮੈਂਟ ਦੇ ਸਕਰੀਨਸ਼ੋਟ ਰੱਖੇ ਕੋਲ, ਉਹ ਸਾਰੇ ਗੱਲਾਂ ਬਾਤਾਂ ਕੱਲ੍ਹ ਕਰਦੇ ਹਾਂ। ਸੋ ਆਹ ਵਾਲੇ ਵਲੋਗ 'ਚ ਘੈਂਟ ਘੈਂਟ ਕਮੈਂਟ ਕਰ ਜਾਓ, ਜਾਂਦੇ ਜਾਂਦੇ ਮਿਲਦੇ ਹਾਂ।